लो जी ब्लॉग शुरू हुआ था जी नूरी शुरू कर लगे हैं वीडियो देख सकते पर आ देखो वीडियो देख पता नहीं की करी जांदी भूत नहीं बैठ की होया लो आ देखो पुखड़ आ सारे बस्कुट खा गई हजे भी झाकी जांदी हजे भी झाकी जांदी ठीक है ना ला चाह पी ली हुण जे रडीकदा होगा मैनू तो मैं चलिया हुण खेत रात दा पानी छड्डिया सी आ वे लो डॉक्टर हो गए प्रदूषण कर रहा वा 50 दी रोक के दा ना 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 ए हटदा के ते इत्थे ही अग ला दंदा ए जिंदगी दा हिस्सा ए मीं तां ही पैंदा वी तू आ जांदा गर्म गैसां मिलदियां तां जाके पानी जिहड़ा लियांदा ने ए चीज दे कारण पैंदा पानी हुण खेत चलदे आ समुंदर तल तक पहुंचूगा तू अपना है हिस्सा है भाई तो नहीं क्या डब्बे बचाओ चल संदीप बस ठीक है ਹੁਣ ਮੈਂ ਕਿਹਾ ਸੀਗਾ ਘਰੇ ਤੇ ਘਰੇ ਮੈਨੂੰ ਵਾਹਵਾ ਟਾਈਮ ਵੀ ਲਾ ਲਿਆ ਵੱਡੇ ਵੱਡੇ ਪੁੱਤਰ ਨਾਲੇ ਸੀਗੇ ਕਿਉਂਕਿ ਸਵੇਰੇ ਮੈਂ ਆਇਆ ਸੀਗਾ ਜਲਦੀ ਆਉਣ ਦੇ ਚੱਕਰ ਵਿੱਚ ਵੱਡੇ ਪੁੱਤਰੇ ਨਹੀਂ ਗਏ ਕੱਲ੍ਹ ਲੈ ਕੇ ਗਿਆ ਮੈਂ ਸ਼ਾਮ ਨੂੰ ਹਨੇਰੇ ਹੋਏ ਅਤੇ ਬਾਕੀ ਹੁਣ ਮੇਰੇ ਮੈਂ ਕਿ ਨਹੀਂ ਲੱਗਾ ਰੇਹੜੀ ਮਗਰ ਖੜਕਾ ਕਰਦੀ ਹੈ ਆਵਾਜ਼ ਤਾਂ ਮੈਨੂੰ ਪਤਾ ਨਹੀਂ ਕਿੰਨੀ ਕੁ ਆ ਰਹੀ ਹੈ ਹੁਣ ਮੈਂ ਰੋਕ ਕੇ ਵੀ ਚੈੱਕ ਨਹੀਂ ਕਰ ਸਕਦਾ ਖੇਤ ਜਾ ਕੇ ਚੈੱਕ ਕਰੂੰਗਾ ਪਰ ਮੈਨੂੰ ਲੱਗ ਰਿਹਾ ਵੀ ਆਵਾਜ਼ ਸਹੀ ਆਉਂਦੀ ਹੋਊਗੀ ਠੀਕ ਆ ਬਸ ਹੁਣ ਬਲੌਗ ਧਰਾ ਤਾਂ ਰੋਣਗੇ ਤੁਸੀਂ ਜਿਹਨੇ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਲਾਈਕ ਕਰ ਲਓ ਅਤੇ ਕਮੈਂਟ ਜ਼ਰੂਰ ਕਰਿਓ ਸਾਡਾ ਇਲਾਕਾ ਪਾਣੀ ਤੋਂ ਬਚਿਆ ਵਾ ਸਗੋਂ ਸ਼ਹਿਰ ਬਾਹਲੇ ਮਾਡਰਨ ਆ ਉੱਥੇ ਪਾਣੀ ਆਇਆ ਵਾ ਪਿੰਡ ਕਈ ਬਚੇ ਦੇ ਆ ਪਤਾ ਨਹੀਂ ਕਿਵੇਂ ਕੀ ਸਕਦਾ ਵਾ ਸਗੋਂ ਸ਼ਹਿਰ ਨਹੀਂ ਡੁੱਬਣੇ ਚਾਹੀਦੇ ਚੰਡੀਗੜ੍ਹ ਮੋਹਾਲੀ ਵਰਗੇ ਕਹਿੰਦੇ ਕਹਾਉਂਦੇ ਸ਼ਹਿਰ ਪਟਿਆਲਾ ਸ਼ਹਿਰ ਕਿੰਨਾ ਵਧੀਆ ਉਹ ਵੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਿਕਾਸੀ ਦਾ ਪ੍ਰਬੰਧ ਹੋਣਾ ਜ਼ਰੂਰੀ ਆ ਪਹਿਲਾਂ ਪਹਿਲ ਅਤੇ ਜਿਹੜੀਆਂ ਕਲੋਨੀਆਂ ਕੱਟਦੇ ਆ ਨਾ ਉਹਨਾਂ 'ਚ ਨਿਕਾਸੀ ਦਾ ਪ੍ਰਬੰਧ ਪਹਿਲਾਂ ਵੇਖਿਆ ਕਰਨਾ ਆਪਾਂ ਘਰ ਤਾਂ ਪਾਉਣ ਲੱਗ ਜਾਂਦੇ ਹਾਂ ਆਪਾਂ ਉੱਥੇ ਲੈ ਵੀ ਲੈਂਦੇ ਹਾਂ ਫਲੈਟ ਕੋਈ ਜਾਂ ਉਹਨਾਂ ਨੂੰ ਪਹਿਲਾਂ ਪੁੱਛੋ ਵੀ ਨਿਕਾਸੀ ਦਾ ਪ੍ਰਬੰਧ ਹੈ ਉਹ ਹਿਸਾਬ ਨਾਲ ਫਲੈਟ ਲਿਆ ਕਰੋ ਹੁਣ ਕਿੰਨੇ ਔਖੇ ਹੋ ਰਹੇ ਆ ਅਤੇ ਬਾਕੀ ਗੱਲਾਂ ਗੱਲਾਂ 'ਚ ਆਪਣਾ ਖੇਤ ਆ ਗਿਆ ਅਤੇ ਹੁਣ ਆਪਾਂ ਪੱਠੇ ਚੱਕ ਕੇ ਫਿਰ ਆਪਾਂ ਘਾਹ ਕੱਢਦੇ ਚਲੋ ਲਓ ਜੀ ਦਸ ਇੱਕ ਦਿਨ ਦਸ ਇੱਕ ਦਿਨ ਕੋਈ ਕਿਵੇਂ ਬਈ ਉਹ ਕੋਈ ਨਹੀਂ ਮੈਂ ਪੱਠੇ ਕੁਤਰ ਕੇ ਆਇਆ ਜਾਂ ਸਾਰੇ ਕੰਮ ਕਰਕੇ ਆਇਆ ਵੇਖ ਲਾ ਕੰਮ ਇਹਨਾਂ ਦੇ ਗੱਲ ਤਾਂ ਘਰ ਦੇ ਨਹੀਂ ਚੱਲ ਫਿਰ ਆਪਾਂ ਹੁਣ ਮੀਟਿੰਗ ਕਰਦੇ ਖਤਮ ਇਹ ਗੱਲਾਂ ਸਾਡੀਆਂ ਜ਼ਰੂਰੀ ਸੀਗੀਆਂ ਚੰਗਾ ਬਾਈ ਧੰਨਵਾਦ ਨਹੀਂ ਆਪਾਂ ਕਰਦੇ ਹਾਂ ਜਾਂ ਜਦੋਂ ਕਰਨੀ ਹੋਈਆਂ ਫਿਰ ਕਰੀ ਸੰਗ ਉਹ ਝਾੜੂ ਚੇਤਾ ਭੁੱਲ ਗਿਆ ਲਿਆਉਣ ਦਾ ਮੇਰਾ ਮੈਂ ਹੋਰ ਹੀ ਕੰਮਾਂ ਚੱਲ ਜਾ ਰਿਹਾ ਯਾਰ ਮਾਂ ਪਿਓ ਦਾ ਮਾਂ ਪਿਓ ਹੀ ਹੁੰਦਾ ਵਾ ਉਹ ਵੀ ਨਿੱਕੇ ਨੇ ਤਰਦੇ ਆ ਉਹ ਚੰਦਰਾ ਉਹਨਾਂ ਨੂੰ ਉਹੀ ਐਂ ਲੱਗਦਾ ਜਿਵੇਂ ਛੱਪੜ 'ਚ ਫਿਰਦੇ ਹੁੰਦੇ ਜਾਂ ਆਹ ਤੁਹਾਨੂੰ ਚੀਜ਼ ਦਿਖਾਉਣਾ ਇੱਕ ਜੇ ਦਿਸ ਗਈ ਤਾਂ ਆਹ ਵੀ ਨਿੱਕੇ ਨਿੱਕੇ ਚੂਚਕੇ ਨੇ ਇਹਨਾਂ ਦੇ ਇਹ 'ਚ ਤੈਰਦੇ ਆ ਇਹ ਨਿੱਕੇ ਨਿੱਕੇ ਉਹ ਵੀ ਕਿੱਥੇ ਡਿੱਗਦਾ ਦੱਸ ਆਹ ਵੀ ਇੱਕ ਇੱਧਰ ਲੱਗ ਗਿਆ ਵੇਖ ਕੇ ਉਹ ਭੱਜ ਗਿਆ ਉਹ ਭੱਜ ਗਿਆ ਉਹ ਥੱਲੇ ਵੜ ਗਿਆ ਉਹਦੇ ਲੱਗ ਗਿਆ ਉੱਤੇ ਜਾਣੀ ਕੁਛ ਨਹੀਂ ਕਹਿੰਦੇ ਭਰਾਵਾ ਅਸੀਂ ਕੁਛ ਨਹੀਂ ਕਹਿੰਦੇ ਇੱਕ ਤਾਂ ਇੱਥੇ ਬੜਿਆ ਕਿਤੇ ਯਾਰ ਆਹ ਵੀ ਲੁਕਿਆ ਬੈਠਾ ਉੱਤੇ ਜਾਣੀ ਜੀ ਲੁਕਿਆ ਬੈਠਾ ਵਾ ਹੈ ਵੇ ਆਹ ਵੇ ਆਹ ਵੇ ਹੈਗਾ ਜਿੰਦਰਾ ਕੁਛ ਨਹੀਂ ਕਹਿੰਦਾ ਆਹ ਵੇ ਕਿਉਂ 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 ਇਹ ਉਹ ਵੜ ਗਿਆ ਉਹ ਵੜ ਗਿਆ ਉਹਨਾਂ 'ਚ ਹੁਣ ਆ ਗਰਮ ਹੋ ਗਏ ਖੰਭੇ 'ਚ ਖਿਲਾਰਨ ਲੱਗ ਗਏ ਹੁਣ ਹੋਣਗੇ ਦਾਲੇ ਆਪਣੇ ਵਾਹਵਾ ਬੱਚੇ ਫਿਰਦੇ ਕੋਈ ਬਗਲੇ ਜਿਹੜਾ ਫਿਰਦਾ ਸੀ ਟਟੀਰੀ ਦੇ ਫਿਰਦੇ ਆ
ਚੱਲ ਕੋਈ ਨਹੀਂ ਘਰੇ ਵੀ ਫਿਰਦੇ ਆ ਲੈ ਕੋ ਟੂਟੂ ਕਰਦਾ ਵੇ ਕੇ ਕਟੂਟੂ ਕਰਦਾ ਚੱਲ ਬਾਕੀ ਪੱਠੇ ਲਾ ਦਿੰਦੇ ਹਾਂ ਇਹ ਤਾਂ ਹੌਲੀ ਹੌਲੀ ਵੱਡੇ ਹੋ ਜਾਣੇ ਆ ਉਹ ਤਰ ਕੇ ਉਹ ਘਰ ਵੜ ਗਏ ਉਹ ਮਿੰਟ ਮੁੱਜਿਆ ਉਹ ਵੜ ਗਿਆ ਕੇ ਹੁਣ ਹੁਣ ਆਹ ਲੱਗ ਗਿਆ ਕੇ ਲੈ ਲੱਗ ਜਾਏਗਾ ਇਹ ਸੱਪ ਲਈ ਗਿਆ ਚਲੋ ਜੀ ਪੱਠੇ ਲੱਦ ਲੱਗੇ ਹੁਣ ਜਿੰਦਾ ਲੱਗ ਕੇ ਲੱਦਣਾ ਮੈਂ ਵੀ ਲੱਦਣਾ ਫਿਰ ਇਹਦੇ ਇਹਦੀ ਖਬਰ ਲੈਣੀ ਅੱਜ ਕਹਿ ਰਹੀ ਇਹਦੀ ਆਹ ਪਨੀਰੀ ਬਾਈ ਆਪਾਂ ਕਿਸੇ ਨਾਲ ਬਿਟਾਈ ਸੀਗੀ ਚਾਬੀ ਦਿੱਤੀ ਹੈ ਕਿਸੇ ਤੋਂ ਤਾਂ ਆਪਾਂ ਬੰਦੇ ਤੋਂ ਲੈਣੀ ਆ ਅਤੇ ਬੰਦੇ ਆਏ ਆ ਲੈਣ ਪਨੀਰੀ ਇਹ ਸਾਰੀ ਪੱਟ ਕੇ ਲੈ ਜਾਣਗੇ ਲੈ ਆਹ ਬੰਦੇ ਬੈਠੇ ਲੈ ਬਾਈ ਵੀਡੀਓ ਬਣਾਉਣੀ ਹੈ ਹਾਂ ਮੈਂ ਯੂਟਿਊਬ 'ਤੇ ਡਾਲੂੰਗਾ ਕਿਉਂ ਫੇਸਬੁੱਕ ਯੂਟਿਊਬ ਆਹ ਬੰਦੇ ਆਏ ਪੱਟਣ ਸਾਰੀ ਪਨੀਰੀ ਲੈ ਠੀਕ ਆ ਲੈ ਬਈ ਲੈ ਲੈ ਬਈ ਚਲ ਇੰਨੀ ਗੱਲ ਤੇ ਇੰਨੀ ਬਾਤ ਆ ਟਕਾ ਕੇ ਲੱਤ ਲੈਂਦੇ ਲਓ ਜਿੰਦਰ ਆ ਗਿਆ ਹੁਣ ਜਿੰਦਰ ਆਪੇ ਜਿੰਦਰ ਲਾਊਗਾ ਨੱਕਾ ਮੋੜਨ ਗਿਆ ਵਾ ਮੇਥੋਂ ਜਿੰਨ ਹੋਇਆ ਆਪਾਂ ਘਰ ਚੱਲੇ ਤੇ ਘਰੋਂ ਫੋਨ ਆ ਰੋਟੀ ਖਾ ਲਾ ਫਿਰ ਹੋਰ ਕੋਈ ਕਰਦੇ ਕੰਮ ਧੰਦਾ ਵੇਹਣੇ ਆ ਆਪਾਂ ਚੱਲ ਗਏ ਤੇ ਰੋਟੀ ਖਾਈਏ ਆ ਇੰਨਾ ਕੁ ਆਪਾਂ ਕਰਨ ਲੱਤਾਂ ਬਾਹਾਂ ਧੁੱਲ ਗਏ ਅਤੇ ਇੰਨੀ ਸੀ ਗੱਲਬਾਤ ਪਨੀਰੀ ਪੱਟਣ ਆਏ ਸੀ ਜਿਹੜੇ ਕੱਲ੍ਹ ਪੱਟ ਕੇ ਰੱਖ ਗਏ ਸੀਗੇ ਅਤੇ ਹੁਣ ਪਨੀਰੀ ਉਹ ਲੈ ਗਏ ਵਿਹਲ ਹੋ ਗਈ ਕਿਵੇਂ ਕੁਰਬਲ ਕੁਰਬਲ ਹੋਈ ਵੀ ਸੀ ਚੱਪਲੀਆਂ ਭੁੱਲ ਗਿਆ ਪਰ ਕੋਈ ਉਹ ਆਪਣੇ ਆਪੇ ਲੈ ਜੂਗਾ ਕੋਈ ਭਈਆ ਭੁੱਲ ਗਿਆ ਪਨੀਰੀ ਖੜੀ ਹੈ ਜਿਹੜੀ ਉਹ ਵੀ ਉਹਨਾਂ ਨੇ ਲਿਜਾਣੀ ਆ ਅਤੇ ਪੱਟ ਕੇ ਲੈ ਜਾਣਗੇ ਹੁਣ ਆਪਾਂ ਚੱਲਦੇ ਹਾਂ ਘਰ ਫਿਰ ਵਿਹਨੇ ਕੀ ਕਰਨਾ ਅੱਗੇ ਠੀਕ ਆ ਤਾਂ ਆਪਾਂ ਹੁਣ ਮਿਲਦੇ ਹਾਂ ਘਰ ਚੰਗਾ ਫਿਰ ਲਓ ਜੀ ਆਪਾਂ ਆ ਗਏ ਘਰ ਰੋਟੀ ਪਾਣੀ ਖਾਂਦੇ ਹਾਂ ਘਰ ਦਾ ਮਾਹੌਲ ਦਿਖਾ ਦੇਈਏ ਤੁਹਾਨੂੰ ਕਣਕ ਧੋਤੀ ਪਈ ਆ ਅਤੇ ਦਾਣਾ ਰੱਖ ਕੇ ਆਉਣਾ ਅਤੇ ਗੱਡੀ ਧੋਤੀ ਵੀ ਆ ਪਰ ਆਪਣੇ ਉਹ ਖੜਾਈ ਵੀ ਆ ਉਹਨੂੰ ਅੱਗ ਕਰਨਾ ਜਿੱਥੇ ਉਹ ਖੜ੍ਹੀ ਹੁੰਦੀ ਆ ਉਹਦੀ ਥਾਂ 'ਤੇ ਠੀਕ ਆ ਇੱਧਰ ਦੀ ਵਾਰ ਚੱਲਦੇ ਹਾਂ ਪੈ ਪੁੱਤ ਧੋਤੇ ਗਏ ਆਪਣੇ ਜਿਹੋ ਜਿਹੇ ਹਾਲਤ ਸੀਗੇ ਤੁਹਾਨੂੰ ਦਿਖਾਉਣੇ ਆ ਅੱਗੇ ਆ ਕੇ ਨੂਰੀ ਕੀ ਕਰ ਰਹੀ ਹੈ ਅਤੇ ਪ੍ਰਭ ਕੀ ਠੀਕ ਆ ਲੈ ਆ ਨੂਰੀ ਬੈਠੀ ਆ ਕਿਉਂ ਇੱਥੇ ਨੂਰੀ ਹੋਊਗੀ ਉੱਥੇ ਪ੍ਰਭ ਜ਼ਰੂਰ ਹੋਊਗੀ ਉੱਥੇ ਪ੍ਰਭ ਜੇ ਹੋਊਗੀ ਉੱਥੇ ਨੂਰੀ ਹੋਊਗੀ ਮੈਂ ਉਲਟ ਕਹਿਦਾ ਠੀਕ ਆ ਹਾਂ ਰੋਟੀ ਖਾਣੀ ਆ ਹੁਣ ਐਂ ਤਾਂ ਲੱਗ ਗਈ ਕਰਨ ਮੁੱਟ ਗਏ ਖਾ ਖਾ ਮੁੱਟੀ ਹੋਈ ਪਈ ਆ ਹੁਣ ਇਹ ਖੁਰਕ ਕਰਾ ਲਓ ਛੇਤੀ ਖੁਰਕ ਸਾਰਾ ਦਿਨ ਕਰੀ ਚੱਲੋ ਇਹ ਸਾਰਾ ਦਿਨ ਮੱਛੀ ਅਰਗੇ ਕਰਦੀ ਹੈ ਜਦੋਂ ਇਹ ਪੈਰ ਜਿਹਾ ਧਰਦੀ ਹੈ ਨਾ ਪੈਰ ਚੂਰੋ ਮੈਨੂੰ ਬਹੁਤ ਵਧੀਆ ਲੱਗਦਾ ਓਹੋ ਪੋਜੀਸ਼ਨ ਲੈ ਕੇ ਖੜ ਜਾਣਾ ਇਹਨੇ ਬਾਅਦ 'ਚ ਬਸ ਕਰੀ ਚੱਲੋ ਖੁਰਕ ਚੱਲ ਮੁੱਟ ਤੂੰ ਤਾਂ ਸਾਰਾ ਦਿਨ ਖੜਕਾਈ ਰੱਖੇਗੀ ਬੰਦੇ ਨੂੰ ਇਹਨੂੰ ਰੋਟੀ ਦਾ ਪ੍ਰਾਪ ਕਰ ਰਹੀ ਹੈ ਕੋਈ ਆਪਣੀ ਤਿਆਰੀ ਸ਼ਿਆਰੀ ਪੜ੍ਹਾਈ ਦੀ ਆ ਇਹਦੇ ਜਵਾਕ ਦੇ ਕਹਿਣਾ ਭਾਲੂ ਆਉਣਾ 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 ਆ ਵੇਖ ਲਓ ਪਿੱਤਲ ਦਾ ਗਲਾਸ ਆ ਐਡਾ ਇਹ ਆਪਾਂ ਦਾਦੀ ਤੋਂ ਲੈ ਕੇ ਨਾ ਸੀ ਪਿੰਡ ਗਏ ਸੀ ਜਦੋਂ ਆਹ ਨਾਂ ਵੀ ਲਿਖਿਆ ਉਰਦੂ 'ਚ ਜੇ ਕੋਈ ਪੜ੍ਹ ਸਕਦਾ ਵੀਰ ਭਾਈ ਇੱਧਰ ਸ਼ੁਰੂ ਹੁੰਦਾ ਹੁੰਦਾ ਇੱਧਰ ਨੂੰ ਜਾਂਦਾ ਲਿਖਿਆ ਕੀ ਆ ਦਾਦੀ ਦੇ ਬ੍ਰਦਰ ਦਾ ਵਾ ਅਤੇ ਖਣੀ ਉਹਦੇ ਫਾਦਰ ਦਾ ਇਹ ਨਹੀਂ ਪਤਾ ਕਿਹਦਾ ਨਾਂ ਇਹ ਆਹ ਵੇਖਿਆ ਦੌੜਦੂ ਘਾਟੇ ਮਾਟੇ 'ਚ ਮਾਰੇ ਵੇ ਯਾਰ ਲਓ ਆਪਾਂ ਨੂੰ ਨਹੀਂ ਪਤਾ ਕਾਹਦਾ ਅਤੇ ਹੁਣ ਆਪਾਂ ਰੋਟੀ ਖਾਣ ਚੱਲਦੇ ਹਾਂ ਠੀਕ ਆ ਆਹ ਰੱਖਦਾ ਭਾਈ ਗਲਾਸ ਇਹਦਾ ਆਹ ਲਓ ਰੋਟੀ ਖਾਣ ਚੱਲਦੇ ਹਾਂ ਆਪਾਂ ਚਲੋ